सत्कारियों साथ संगत जी निम्रता सहित बरगाड़ी दी इतिहासक धरती ते आप जी नो फतेह अर्ज कर दें। वाहेगुरु जी का खालसा, वाहेगुरु जी की फतेह। अज तुसी लंगर नहीं छकिया ते आए बैठे हो, तानो गुरु दे सिख जिहड़े गुरु ग्रंथ साहब की बेअदबी ना झलदे होए ना बादलां दे कोले पटियाले गए हो, ना लंबी गए हो कांग्रेसियों के कहण ते, अज जो इस स्थान ते सिंह साहब भाई ध्यान सिंह मंड ने तपस्या की है, गुरु ग्रंथ साहब की अजमत दे लई मैं तुहानू सारिआं नू ते सरदार ध्यान सिंह मंड नू मुबारक दिंदा। पर सब तो वड्डी मुबारक गुरु ग्रंथ साहब तो बाद संत जरनैल सिंह भिंडरांवाले नूं दिंदा है। जिहड़े सूरमे दे सिंह जिहड़ा रस्ता भुल गए सी कांग्रेसियां नूं बादल दलियां नूं बीजेपी नूं वोटां पाउंदे सी, अज तुसी संत जरनैल सिंह भिंडरांवालियां दी सोच दे उत्ते इत्थे एकत्र होए हो। कल रात एक सियासतदान ने बयान दिता कि भाई ध्यान सिंह मन इस स्टेज तो वो बंदे आउणगे जिहड़े वंडियां पाउंदे है। इशारा मेरे ते सी, मैं कोई वंडी नहीं पाई। सिंह साहब ध्यान सिंह मंड ने ते मैं 1984 जदों संत जरनैल सिंह भिंडरांवाले शहीद होए सी उस तो बाद इन्हां ने साडी पार्टी ने संत जरनैल सिंह भिंडरांवालियां दा नां गुआचण नहीं दिता। धुप्प आई है, छां आई है, हड़ आए है, भूचाल आए है, पर 1984 तो बाद बेशक असी साडियां मंड साहब ते मेरियां इसे धरती ते जमानता भी रद्द करते रहे हो, पर असी ठिस ते मस नहीं होए। तुहाडी आजादी दे लई असी उदों दे जद्दोजहद कर रहे हैं। सानूं अदालतां अपने जो सिख कहिंदे है उन्हां दीआं भी झलनियां पईआं। सरदार प्रकाश सिंह बादल की कहिंदे है कि जिहड़े मोने है बादल कहिंदा सिमरनजीत सिंह मान पहला वड्डूगा झोने फिर वड्डूगा मोने। किन्नी घटिया गल इस सरदार प्रकाश सिंह बादल ने की है, अपनी जान नूं बचाउंदा
ਡੁੱਬਦਾ ਡੁੱਬਦਾ ਤੀਲਾ ਵੀ ਫੜ ਰਿਹਾ। ਪਰ ਬਾਦਲ ਸਾਹਿਬ ਆ ਜਿਹੜਾ ਤੁਸੀਂ ਕੱਠ ਦੇਖਿਓ ਬਰਗਾੜੀ ਦਾ, ਸਾਨੂੰ ਤੁਹਾਡਾ ਮੁੰਡਾ ਕਹਿੰਦਾ ਅਸੀਂ ISI ਦੇ ਏਜੰਟ ਹੈ। ਕੀ ISI ਦੇ ਏਜੰਟ ਇੱਡੇ ਵੱਡੇ ਹੋ ਗਏ ਕਿ ਇੱਥੇ 15 ਲੱਖ ਦਾ ਕੱਠ ISI ਦਾ ਹੋ ਗਿਆ? ਸਾਧ ਸੰਗਤ ਜੀ, ਇਹ ਬਾਦਲ ਪਰਿਵਾਰ ਨੇ, ਇਹਦੇ ਮੁੰਡੇ ਨੇ, ਇਹਦੇ ਜਵਾਈ ਨੇ, ਸੁਖਬੀਰ ਦੇ ਸਾਲੇ ਨੇ, ਸਾਰੇ ਜਿੰਨੇ ਬਾਦਲ ਦਲ ਦੇ ਪੁਰਾਣੇ ਅਕਾਲੀ ਲੀਡਰ ਸੀਗੇ ਉਹਨਾਂ ਨੂੰ ਜ਼ਲੀਲ ਕਰਕੇ ਰੱਖਿਆ, ਇਹਨਾਂ ਦਾ ਕਸੂਰ ਨਹੀਂ ਸੀ। ਜੇ ਅਕਾਲੀ ਲੀਡਰ ਜ਼ਲਾਲਤ ਭਰਨਾ ਚਾਹੁੰਦੇ ਸੀ ਤਾਂ ਸੁਖਬੀਰ ਸਿੰਘ, ਉਹਦੇ ਸਾਲੇ ਅਤੇ ਉਹਦੇ ਭਣੋਈਏ ਨੇ ਇਹਨਾਂ ਨੂੰ ਜ਼ਲੀਲ ਕੀਤਾ। ਅੱਜ ਇਹਨਾਂ ਨੂੰ ਸੁਰਤ ਆ ਗਈ ਹੈ। ਸਰਦਾਰ ਸੁਖਦੇਵ ਸਿੰਘ ਢੀਂਡਸਾ, ਉਸਨੇ ਪਾਰਟੀ ਤੋਂ ਅਸਤੀਫਾ ਦਿੱਤਾ। ਕੀ ਮੈਨੂੰ ਕੁਛ ਕਹਿਣਾ? ਪਾਰਟੀ ਤੋਂ ਅਸਤੀਫਾ ਦਿੱਤਾ। ਮੈਂ ਆਪ ਜੀ ਨੂੰ ਦੱਸਦਾ ਕਿ 1999 ਦੇ ਵਿੱਚ ਆਪ ਜੀ ਨੇ ਮੈਨੂੰ ਚੁਣ ਕੇ ਸੰਗਰੂਰ ਦੇ ਹਲਕੇ ਤੋਂ ਪਾਰਲੀਮੈਂਟ ਦੇ ਵਿੱਚ MP ਬਣਾਇਆ ਸੀ। ਵਾਜਪਾਈ BJP ਦੀ ਸਰਕਾਰ ਸੀ, ਸੈਂਟਰ ਦੇ ਵਿੱਚ ਕੋਈ ਸਿੱਖ ਵਜ਼ੀਰ ਵਾਜਪਾਈ ਨਹੀਂ ਸੀ ਬਣਾ ਰਿਹਾ, ਜਦਕਿ ਸਿੱਖ ਦੇ ਕੋਲੇ ਹਮੇਸ਼ਾ ਰੱਖਿਆ ਡਿਫੈਂਸ ਦਾ ਮਹਿਕਮਾ ਹੁੰਦਾ, ਵਿਦੇਸ਼ੀ ਮਸਲਿਆਂ ਦਾ ਮਹਿਕਮਾ ਹੁੰਦਾ, ਘਰੇਲੂ ਇੰਤਜ਼ਾਮ ਦਾ ਮਹਿਕਮਾ ਹੁੰਦਾ। ਸਾਰੇ ਤਕੜੇ ਸਿੱਖਾਂ ਦੇ ਮਹਿਕਮੇ ਹੁੰਦੇ ਹੈ। ਉਹ ਸਾਨੂੰ ਸਿੱਖਾਂ ਨੂੰ ਕੁਛ ਨਹੀਂ ਸੀ ਦਿੱਤਾ। ਸਰਦਾਰ ਸੁਖਦੇਵ ਸਿੰਘ ਢੀਂਡਸਾ ਮੇਰੇ ਨਾਲ ਚੀਫ ਮੈਂਬਰ ਪਾਰਲੀਮੈਂਟ ਸੀਗਾ। ਮੈਂ ਵਾਜਪਾਈ ਤੇ ਸਰਕਾਰ ਦੇ ਕੋਲੇ ਰੌਲਾ ਪਾਇਆ ਕਿ ਸਾਡਾ ਵਜ਼ੀਰ ਸੈਂਟਰ ਦੀ ਵਜ਼ਾਰਤ ਦੇ ਵਿੱਚ ਕਿਉਂ ਨਹੀਂ ਹੈ। ਅਸਲ ਦੇ ਵਿੱਚ ਇਸ ਇਲਾਕੇ ਤੋਂ 1999 ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਤੁਸੀਂ ਹਰਾਤਾ ਸੀ, ਇਸ ਕਰਕੇ ਬਾਦਲ ਕਹਿੰਦਾ ਸੀ ਮੈਂ ਇਸ ਨੂੰ ਰਾਜ ਸਭਾ ਦੇ ਵਿੱਚ ਭੇਜ ਕੇ ਇਸ ਨੂੰ ਵਜ਼ੀਰ ਬਣਾਉਣਾ। ਪਰ ਪ੍ਰਾਈਮ ਮਿਨਿਸਟਰ ਵਾਜਪਾਈ ਦੇ ਕੋਲੇ ਰਿਪੋਰਟ ਆ ਗਈ ਕਿ ਦਿੱਲੀ ਦੇ ਵਿੱਚ ਇੱਕ ਬਹੁਤ ਵੱਡਾ ਸਥਾਨ ਹੈ ਕਰੋੜ ਬਾਗ, ਉੱਥੇ ਰੂਸ ਤੋਂ ਲੈ ਕੇ ਗਰੀਬ ਬੀਬੀਆਂ ਉਹਨਾਂ ਦਾ ਦੇਹ ਵਪਾਰ ਚੱਲਦਾ, ਔਰ ਸੁਖਬੀਰ ਸਿੰਘ ਉਸ ਦੇਹ ਵਪਾਰ ਦੀ ਮੰਡੀ ਦੇ ਵਿੱਚ ਜਾਂਦਾ। ਇਸ ਕਰਕੇ ਹਕੂਮਤ IB ਨੇ ਕਹਿਤਾ ਕਿ ਸੁਖਬੀਰ ਸਿੰਘ ਵਜ਼ੀਰ ਨਹੀਂ ਬਣ ਸਕਦਾ। ਪਰ ਸਾਧ ਸੰਗਤ ਜੀ, ਸਿੱਖ ਕੌਮ ਨੇ ਸਾਡੀ ਨਹੀਂ ਸੁਣੀ,
ਅੰਤ ਨੂੰ ਢੀਂਡਸਾ ਸਾਹਿਬ ਨੂੰ ਵਜ਼ੀਰ ਬਣਾਇਆ। ਬੜੇ ਦੁੱਖ ਦੀ ਗੱਲ ਹੈ ਕਿ ਇੰਨਾ ਚਿਰ ਹੋ ਗਿਆ, ਅੱਜ ਇਹ ਸੁੱਤੇ ਪਏ ਬਾਦਲ ਦਲ ਦੇ ਅਣਖ ਵਾਲੇ ਸੂਰਮੇ ਹੁਣ ਜਾਗੇ ਹੈ। ਦੇਰ ਆਏ ਦਰੁਸਤ ਆਏ, ਇਸ ਕਰਕੇ 1947 ਤੋਂ ਬਾਅਦ ਸਿੱਖਾਂ ਨੂੰ ਜਬਰਨ ਇੰਡੀਆ ਦੇ ਅਧੀਨ ਰੱਖਿਆ ਗਿਆ, ਸੰਵਿਧਾਨ ਦੇ ਵਿੱਚ ਰੱਖਿਆ ਕਿ ਸਿੱਖ ਹਿੰਦੂ ਮਜ਼ਹਬ ਦਾ ਇੱਕ ਹਿੱਸਾ ਹਨਗੇ। ਔਰ ਸਾਧ ਸੰਗਤ ਜੀ, ਅੱਜ ਵੀ 1947 ਤੋਂ ਬਾਅਦ ਸਾਡਾ ਇੱਕ ਵੀ ਮਸਲਾ ਹੱਲ ਨਹੀਂ ਹੋਇਆ। ਬਰਗਾੜੀ ਦੇ ਤਿੰਨ ਮਸਲੇ ਹੈ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਦੂਜੀ ਮੰਗ ਹੈ ਕਿ ਜਿਹੜੇ ਪੁਲਿਸ ਅਫਸਰਾਂ ਨੇ ਦੋ ਸਿੰਘ ਸ਼ਹੀਦ ਕੀਤੇ ਹੈ, ਕੋਈ ਤਮੀਜ਼ ਹੀ ਨਹੀਂ ਹੈ ਤੈਨੂੰ, ਜਿਹੜੇ ਸਿੰਘ ਸ਼ਹੀਦ ਕੀਤੇ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਤੀਜੀ ਮੰਗ ਹੈ ਜਿਹੜੇ ਸਿੰਘ 25-25 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਹੈ ਉਹਨਾਂ ਨੂੰ ਰਿਹਾ ਕੀਤਾ ਜਾਵੇ। ਸਾਧ ਸੰਗਤ ਜੀ, ਸੰਗਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਮੈਂ ਤੁਹਾਨੂੰ ਦੱਸ ਰਿਹਾ ਕਿ ਅਸੀਂ ਇੰਨੇ ਸਾਲ ਜ਼ਲਾਲਤ ਚੱਲੀ ਹੈ, ਹੋਰ ਸਾਲ ਵੀ ਚੱਲ ਲਵਾਂਗੇ, ਪਰ ਜੇ ਤੁਸੀਂ ਆਪਣੇ ਦੁਸ਼ਮਣ ਕਾਂਗਰਸੀਆਂ ਨੂੰ, ਬੀਜੇਪੀ ਨੂੰ, ਬਾਦਲ ਦਲੀਆਂ ਨੂੰ ਫਿਰ ਤਖ਼ਤ 'ਤੇ ਬਿਠਾਓਗੇ, ਫਿਰ ਸਾਡੇ ਮਸਲੇ ਹੱਲ ਨਹੀਂ ਹੋਣੇ। ਸੋ ਅੱਜ ਇਕੱਠ ਦੇ ਵਿੱਚ ਮੈਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਦਰਸ਼ਨ ਹੋ ਗਏ ਹੈ, ਜਿਨ੍ਹਾਂ ਨੂੰ ਉਹਨਾਂ ਦਾ ਪਰਿਵਾਰ ਵੀ ਛੱਡ ਗਿਆ, ਉਹਨਾਂ ਦੀ ਟਕਸਾਲ ਵੀ ਛੱਡ ਗਈ। ਅੱਜ ਮੈਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਹਾਜ਼ਰ ਨਾਜ਼ਰ ਦੇਖਦੇ ਹੈ। ਸਾਡੀ ਜ਼ਿੰਦਗੀ ਹੁਣ ਲੰਘ ਗਈ ਹੈ, ਪਰ ਜਾਂਦੇ ਦਮ ਤੱਕ ਇਹੀ ਪ੍ਰਣ ਕਰਨਾ ਕਿ ਗੁਰੂ ਗ੍ਰੰਥ ਸਾਹਿਬ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸੋਚ ਦੇ ਉੱਤੇ, ਆਜ਼ਾਦੀ ਦੇ ਉੱਤੇ ਅਸੀਂ ਖੜੇ ਰਹਿਣਾ। ਮੈਨੂੰ ਜਿਹੜੇ ਲੀਡਰ ਕਹਿੰਦੇ ਆ ਆਜ਼ਾਦੀ ਨਹੀਂ ਚਾਹੀਦੀ, ਮੈਂ ਆਪ ਉਹਨਾਂ ਨੂੰ ਸੱਦਾ ਪੱਤਰ ਦਿੰਦਾ ਕਿ ਮੇਰੇ ਨਾਲ ਗੱਲ ਕਰੋ ਕਿ ਤੁਹਾਨੂੰ ਆਜ਼ਾਦੀ ਨਹੀਂ ਚਾਹੀਦੀ ਤਾਂ ਕਿਉਂ ਨਹੀਂ। ਅੰਤ ਦੇ ਵਿੱਚ ਤਿੰਨ ਨਾਰੇ ਲਾ ਦਿਓ, ਮੈਂ ਕਹੂੰਗਾ ਪੰਥ ਨੂੰ ਕੀ ਚਾਹੀਦਾ, ਤਿੰਨ ਵਾਰੀ ਹੱਥ ਖੜੇ ਕਰਕੇ ਕਹਿ ਦਿਓ ਆਜ਼ਾਦੀ ਆਜ਼ਾਦੀ ਆਜ਼ਾਦੀ। ਸਿੱਖ ਕੌਮ ਦੀ ਕੀ ਮੰਗ? ਅਜੇ ਧਰਤੀ ਨਹੀਂ ਪੱਟ ਹੋਈ, ਧਰਤੀ ਪੱਟੋ,
ਤੇ ਜਦੋਂ ਢਿੱਡ ਦੇ ਵਿੱਚ ਤਕਲੀਫ ਹੋ ਜਾਂਦੀ ਹੈ, ਕਬਜ਼ੀ ਹੋ ਜਾਂਦੀ ਹੈ, ਉਦੋਂ ਜਿਹੜਾ ਜ਼ੋਰ ਲਈਦਾ ਉਹ ਲਾ ਕੇ ਦਿਖਾਓ। ਸਿੱਖ ਕੌਮ ਦੀ ਕੀ ਮੰਗ? ਆਹ ਗੱਲ ਠੀਕ ਹੈ, ਹੁਣ ਕਬਜ਼ੀ ਦੀ ਨਹੀਂ ਰਹਿਣੀ ਤੁਹਾਨੂੰ। ਸਿੱਖ ਕੌਮ ਦੀ ਕੀ ਮੰਗ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰਿਆਂ ਦਾ ਬਹੁਤ ਬਹੁਤ ਤੁਹਾਡਾ ਖਾਸ ਕਰਕੇ ਰਿਣੀ ਹੈ। ਦੱਸੋ ਸਾਰੇ ਆਗੂ ਸਾਹਿਬ ਜਿਹੜੇ ਇੱਥੇ ਪਹੁੰਚੇ ਹੈ, ਆਪਣਾ ਟਾਈਮ ਦਿੱਤਾ, ਉਹਨਾਂ ਦਾ ਬਹੁਤ ਰਿਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।